ना तभी मतलब एक धब्बा है पिया साडे ना ते साडे वास्ते खतरनाक है पता नहीं कोई गलत एक्टिविटी साडे ना ते करेंदा रावे असा अपने व्यूअर को एक ना मालूमात देवना चाहने है मतलब है कि असा एक बंदा है पिया बहुत ज्यादा खतरनाक बंदा है पिया और सारे वास्ते भी खतरनाक है पिया और तुसा व्यूअर वास्ते भी वो खतरनाक है पिया। ए क्या काम थींदा बसा जी ए बच्चा दे इफ्तारी दा सामान मतलब पैक थींदा पिया पैक थींदा पै बच्चा को देसु। अच्छा अच्छा मतलब घर वान के वाला खाम है जी रोज है ना ए शाम को अपने इफ्तारी करे। अस्सलाम वालेकुम मैं हसन मलिक रिजान तमीद कहना सारे खैर खरिया ना सब बिस्मिल्लाह पढ़ के आज हम हजार ते नौ ही लोग करें शुरू वे तो सारे दे पे ओसो ए था उस्ताद उन आए बैठन ते इ मेरा जेड़ा कमरा है जेड़ा बेडरूम है बिया अरे 100 दा बाल ही बाल बाल ही बाल बाल आए खड़े निके निके तू निका ही में बिया ये देखो ए सारे नन्ने मुन्ने ए नन्ने मुन्ने देखो नहीं मतलब के 7 7 8 8 साल दे बाल हैं भाई तो आपको असाई ता ई गल घेन के जो कुरान पढ़ो तुसा ई ता मोबाइल चले ही बैठे हो पढ़ के खत्म किस टाइम दे आए सी अच्छा असा मैं और मैं सुता पिया जवान आ गया कुरान खानी दा खत्म थीना पिया ना मेरे घर अब हुन ने दीवाए मैं को तो खैर पता ही को ना मैं तो हुन उठ्या वेरन रोजा रखिया आमी तो रखन बाद मैं तो वाला सोम गया आमी व्यूअर पहले जे मोन सकोनल बैठन उंदी वजह है कि उस्ताद दी नाल थोड़ा ज्यादा के वाला मुंडे साह ही निकलदा छोरा दा मतलब इतने शरीफ है कसम एक कसम है खुदा दी शरीफ शरीफ कौन है ये मेरे इतना को पाए हैं आ दे ना कि टमाटर लगे ना ता सारे सुकून में बैठे हैं अंदर ओए जुत्ती अपनी अपनी पवा है जुत्ते अपने अपने जुती अपनी पाई है मतलब यार की खाने के लिए रोजावा मिल रोजावा यार बचपन क्या क्या याद है करे कमेंट करके रोजा मत बापा बचपन याद है करे हुन किथे जाना तो इस तो बाद कर जाना। अच्छा क्या बात है बाला को रवाना करण तो बाद व्यूअर ना पहुंचे बाहरों बाहरों का क्या शेड्यूल है पिया आए भाई मैडा ਆ ਮੇਰਾ ਸਰਦਾਰ ਦੇਖੇ 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 ਅਸਲਾਮ ਅਲੈਕੁਮ ਜਿਹੜੀ ਦਾ ਤੂੰ ਸੀਂਦ ਮੱਖੇ ਨੇ ਖੁਦਾ ਦੀ ਕਸਮ ਲੱਗਦਾ ਸ਼ਹਿਰੋ ਖਾਨ ਹੈ ਕਸਮ ਨਾ ਨਾ ਮਜ਼ਾਕ ਨਹੀਂ ਸੀਰੀਅਸ ਇਹਦੇ ਜਲ ਕੇ ਥਾ ਕੋ ਮੇਰੇ ਮਿਸਤਰੀ ਆਲਾ ਨੇੜਾ ਮਾਹੌਲ ਨਾ ਉਹ ਥਾ ਕੋ ਦਿਖਿਆ ਨੇ ਮਿਸਤਰੀ ਥਾ ਕੇ ਥਾ ਕੰਮ ਪੁਚਈ ਵਦਨ ਮਾਸ਼ਾਅੱਲਾ ਸਹੀ ਮਾਸ਼ਾਅੱਲਾ ਕੀ ਬਾਤ ਹੈ ਅਕੀਲ ਉਸਤਾਦ ਅਸਲਾਮ ਅਲੈਕੁਮ ਅਲੈਕੁਮ ਸਲਾਮ ਕੀ ਹਾਲ ਹੈ ਖੈਰ ਹੈ ਤਬੀਅਤ ਠੀਕ ਹੈ ਅੱਜ ਇਹ ਕੰਪਲੀਟ ਥੀ ਵੈਸੀ ਚਲੋ ਮਾਸ਼ਾਅੱਲਾ ਬਈ ਅੱਜ ਜਵਾਨ ਆ ਤੇ ਵੀ ਅੱਜ ਕੰਪਲੀਟ ਜਿਹੜਾ ਨਾ ਥੀ ਵੈਸੀ ਮਲੇਰ ਹੁਣ ਦੁਲਹਨ ਗੋਲੀ ਵੀ ਕਾਨ ਹਾਂ ਤੈ ਮਕਾਨਾ ਦਾ ਤਾਂ ਮਕਾਨ ਦੇ ਹੋਲੇ ਹੋਲੇ ਨੇੜੇ ਲੱਗਦੇ ਮਨ ਤੇਰੀ ਰਹਿ ਤੇ ਜੋ ਇੱਕ ਫਰੰਟਲ ਦੀਵਾਰ ਗਈ ਹੈ ਇਹ ਕਮਰਾ ਰਹਿ ਗਿਆ ਤੂੰ ਹੈ ਸਾਰਾ ਦੂਰ ਦਾ ਫਰਾਣਾ ਵੱਧ ਕੇ ਰੋ ਲੈਣ ਕੇ ਤੈਨੂੰ ਯਾਰ ਬਲਾ ਵੀ ਮੈਂ ਤੇਰੀ ਛੱਤ ਨੱਚਣਾ ਨਹੀਂ ਸੱਚੇ ਇਹ ਨਹੀਂ ਪਰ ਨਹੀਂ ਸਕਦਾ ਮੈਂ ਇਹਦਾ ਵੇ ਸਾਖ ਤਾਂ ਦੇ ਗਿਦੇ ਨੰਨੇ ਮੁੰਨੇ ਨਾ ਸਾਰੇ ਆ ਗਏ ਫੈਨ ਅਸਲਾਮ ਅਲੈਕੁਮ ਅਲੈਕੁਮ ਕੀ ਹਾਲ ਹੈ ਠੀਕ ਹੋ ਤਬੀਅਤ ਠੀਕ ਹੈ ਤੁਸਾਂ ਤੁਹਾਨੂੰ ਨਾਲ ਵੀ ਕੌਣ ਹੈ ਤਾਂ ਤਰਾਏ ਵੀ ਬੀਆ ਇੱਕ ਵਾਰ ਹੀ ਆਵਦਾ ਕੌਣ ਥਿੰਦੇ ਹੋ ਤੁਸਾਂ ਅਰਾਈ ਅਰਾਈ ਚਿੰਦੇ ਹੋ ਸਾਡੀ ਵੀਡੀਓ ਡਿਟੀ ਲੈ ਆਉਂਦੇ ਹੋ ਜੀ ਜੀ ਤੇ ਕਿਹੜੀ ਸ਼ਾਦੀ ਆਏ ਹੋ ਟੋਰ ਕੇ ਟੋਰ ਕੇ ਕੀ ਬਾਤ ਹੈ ਫਰਦਰ ਘਰ ਕਿਤੇ ਲੰਚ ਚੌਕ ਤੇ ਆ ਮਲਤਾਨ ਰੋਡ ਤੇ ਜਿਹੜਾ ਪੰਪ ਨੇ ਹਾਂਜੀ ਹਾਂਜੀ ਉਧਰੋਂ ਉੱਥੋਂ ਪੈਦਲ ਟੋਰ ਕੇ ਆਇਆ ਵਾ ਦੇਵੇਂ ਦੱਸੋ ਮੈਂ ਕੋਈ ਵੀ ਵਾਰ ਇਹ ਅੱਛੇ ਲੱਗੇ ਟੋਰ ਕੇ ਕਿ ਜਿਹੜੇ ਟੋਰ ਕੇ ਮੁਹੱਬਤ ਕਰਕੇ ਟੋਰ ਕੇ ਹੰਦੋ ਆ ਰੋਜ਼ੇ ਕਾਣਾ ਵਰਨ ਤੋ ਰੋਜ਼ਾ ਕਹਿ ਨਹੀਂ ਰੋਜ਼ੇ ਕਹਿ ਨਹੀਂ ਇਕਬਾਲ ਚਨੋਟੀ ਕੁੱਤਾ ਗੁਲਵਾਈਆਂ ਵਾ ਛਵਾਲਾ ਬਨ ਕੁੱਤਾ ਗੁਲਵਾ ਹਾਂ ਚਲੋ ਇਹਨਾਂ ਨੂੰ ਜੇ ਤੇ ਕੁੱਤਾ ਛੁੱਤਾ ਗੁਲਵਾ ਦੇ ਉਹ ਬਣਵੇ ਸੀ ਬੀਆ ਠੀਕ ਹੋ ਤਾਂ ਬੀਆ ਠੀਕ ਹੈ ਕੀ ਕੰਮ ਕਾਰੋਬਾਰ ਕਹਿੰਦੇ ਸਾਊਦੀ ਅਰਬ ਰਹਿਣ ਦਾ ਅੱਛਾ ਮਾ ਜੀ ਛੁੱਟੀ ਜਾਵੇ ਦੱਸ ਅੱਛਾ ਹੁਣ ਛੁੱਟੀ ਮੁੱਕਣ ਵਾਲੀ ਮੈਂ ਤੇ ਇਸ ਤਰ੍ਹਾਂ ਬੈਠਾ ਇਹ ਦਲੂ ਜਦਵਾਰ ਵਾਪਸੀ ਪਰਦੇਸ ਜਿਹੜਾ ਹੁੰਦਾ ਨਾ ਇਹ ਗਾਲੋ ਬੰਦਾ ਦਿਲ ਨਹੀਂ ਆਦਾ ਯਾਰ ਇਹ ਜਾ ਜਿੱਤਾ ਤੁਸੀਂ ਉੱਠ ਦੁਰ ਕਹਿੰਦੇ ਆਵੇ ਨਾ ਸਹੀ ਸਹੀ ਬਹੁਤ ਪਸੰਦ ਕਰਨਾ ਮੈਂ ਚਲੋ ਅੱਲਾ ਤਾਲਾ ਬਹੁਤ ਵੀਡੀਓ ਚੱਲਦੀ ਹੋਰੀ ਸਾਊਦੀ ਅਰਬ ਦੇ ਵਿੱਚ ਮਾਸ਼ਾਅੱਲਾ ਚਲੋ ਮੈਂ ਜਾਏ ਕੰਟਰੀ ਚ ਬੰਦਾ ਵਿੰਨੇ ਪਿਆ ਵਿਵਰ ਇਹ ਸਾਰੇ ਵਿਵਰ ਆਏ ਵਦਿਆ ਨੇ ਆਏ ਵਦਨ ਕਿਥੋਂ ਡੇਰਾ ਗਾਜ਼ੀ ਖਾਨ ਤੋਂ ਤੇ ਇਰਾਨ ਸਾਊਦੀਆ ਤੇ ਮੈਂ ਕਿਹਾ ਪੁੱਛਤਾ ਪਿਆ ਮੈਂ ਕਿ ਯਾਰ ਵਾਪਸੀ ਕਰਨ ਵੈਸੋ ਕਿ ਵੈਸਾ ਈਦ ਦੀ ਦੀਵਾਰ ਲੱਗੇ ਵੈਸੋ ਤਾਂ ਮੇਰੇ ਖਿਆਲ ਤੱਕ ਜਿਹੜਾ ਮਾਹੌਲ ਹੁੰਦਾ ਨਾ ਉਹ ਈਦ ਦੀ ਦੀਵਾਰੀ ਵਾਂਝ ਬਣਦੇ ਇਹ ਪਰਦੇਸ ਜਿਹੜਾ ਨਾ ਇਹ ਗੱਲ ਔਖਾ ਦਨ ਬਈ ਇਹ ਜਿਹੜਾ ਮੁਸ਼ਕਲ ਹੁੰਦਾ ਨਾ ਅਬੇ ਕਿ ਆਪਣਾ ਕੋ ਛੋੜ ਕੇ ਖੁਸ਼ਾਂ ਗਮਿਆਂ ਛੋੜ ਕੇ ਵੈਣਾ ਪੌਂਦਾ ਪਰਦੇਸ ਬੜਾ ਔਖਾ ਕਟਿੰਦਾ ਵੇ ਤਾਂ ਪਰਦੇਸ ਜਿਹੜੇ ਲੋਗ ਹੀ ਪਏ ਵੀਰ ਕਮੈਂਟ ਲਾਜ਼ਮਨ ਸਾਈ ਕਿ ਕਿਹੜੇ ਕਿਹੜੇ ਮੇਰੇ ਵੀਰ ਮਤਲਬ ਪਰਦੇਸ ਰਹਿੰਦੇ ਪਏ ਨਾ ਤੁਹਾਕ ਪਤਾ ਹੈ ਅਸਾਂ ਜੱਡਾਂ ਨਹੀਂ ਦੋਹਾਂ ਇਕੱਠੇ ਤੇ ਅਸਾਂ ਕੋਈ ਨਾ ਕੋਈ ਕਾਰਨਾਮਾ ਇੰਜਾਮ ਦੇਣੇ ਹੋਣੇ ਹੈ ਔਰ ਅਸਾਂ ਅੱਜ ਜਿਹੜਾ ਨਵਾਂ ਕਾਰਨਾਮਾ ਇੰਜਾਮ ਦੇਦੇ ਪਏ ਨਾ ਸਾਰੇ ਵੀਰ ਤੁਸੀਂ ਹੈਰਾਨ ਪਰੇਸ਼ਾਨ ਤੇ ਹੋ ਤੋ ਮੇਰੀ ਜ਼ਬਾਨ ਬਈਏ ਤੁਸੀਂ ਕੀ ਕਰ ਦਿੱਤੇ ਜੋਲ ਕੇ ਤੋ ਨਾ ਥੀਂ ਅੱਜ ਤੁਹਾਕ ਜਿਹੜੇ ਬੰਦੇ ਤੁਸੀਂ ਦਰਖਤਾਂ ਪੌਜਾਂ ਨਾਲ ਲਵ ਕਰਦੇ ਹੋ ਉਹ ਤੁਸੀਂ ਵੀਡੀਓ ਨਾਲ ਜੁੜੇ ਰਹੋ ਬਾਕੀ ਜਿੰਨੇ ਹੀ ਮੈਂ ਪੈਣਾ ਬਾਕੀ ਵਲਾਗਾਂ ਵੀਡੀਓ ਦਿੱਠੀ ਰਹੋ।
भुखे शेर बिना का शिकार किया इस्तेमाल क्योंकि अपना नहीं मार सकते कमजोर बंद है वाहिद यूट्यूबर है जिन्होंने 5,000 सब्सक्राइबर चले असा वाइज यूट्यूबर हैं जहाँ 2.5 लाख सब्सक्राइबर हैं सारी किने बनी हुई है एक मोटरसाइकिल तुरते बदे हैं असा मतलब है कि वाहिद पाकिस्तान दे माया था वाइज यूट्यूबर हैं भाई तो अगर जुले पे व्यूअर ससुराल दे विच ना एक शाय मैं देख आया वो पौधा जड़ा है ना मैं कि बड़ा पसंद ही पिया ना ससुराल दा जड़ा है ना वो तू घर पैन खत्म करा देना जिथा अगे उन्होंने घर है पिया तू खत्म करके तो थोड़े जहाँ अपने ना रकबे दे विच उठे हुए मैं कि क्यों ना वो वैसी सड़ पानी कोई ना दे सी क्योंकि जहाँ जाया थी कि वैसी ना वो पौधे जाया थी वैसा वो पट के मैं लेना अपने घर और वो बड़ा खुशबू वाला बड़ा आउट क्लास और ऊन दे बहु फायदे जरा फाले पिया तुसा रोटी दो सट के खाओ आए है कोई जायका बन दे तो व्यूर को जल के दिखाने हैं ससुराल व्यूर पड़ चुके हैं ससुराल दे गेट ससुराल का पुराना घर ही पिया रेडी हूँ इतू जड़े ना ये लगे वैसे तुसा के बहना वे ये के छबना मैं पहले दस केश है आलू का तू पका कहना क्या बात है ये भी और मेरा कजन ही आसान आनी पी आसान सुन गिन उस बाद मिल दे वे बिजली है बिजली है खाना तो है यार है पूरा उते मन लगे पता ही बूटा केड़ा पटना रे मेरी गाल ए वाला बूटा है वो तेरी खैर हो केश का पट्टा है यही वे व्यूअर निबुआ का बूटा है जिठे वे दीवार चनोटी कर हिम्मत गर्मी तक रोजा तो कह नहीं ना हत खैर है ਇਹ ਦੇ ਇੰਨੀ ਪਾੜ ਜਿਹੜੀ ਨਾ ਉਹ ਤਾਂ ਪਟਣੀ ਵੀ ਤਲੇ ਝਿੱਕਾ ਢੇਸਰ ਵੇਣਾ ਪੋਸੀਆ ਇਹਨੇ ਇਤਨੇ ਨਹੀਂ ਮਤਲਬ ਪੋਦਰ ਚੋ ਇੱਕ ਘਾੜ ਇੱਕ ਵੀ ਆ ਕੰਮ ਕਰਾਣੇ मेहनत मेहनत करने रिजल्ट मिल सी जुलते पाए गुरु चार ही बार रिजल्ट आ वैसे बूटा लीता से ला चांस 100 है चुजी में आदना 2% थी वे इको मको लगता नहीं के थी वने सही को पूर लीता है हुंडे थे थी ने थी ना वैसे सही को पानी छानी लई रासना इ बारी को पानी डेली दलावने तभी तो सा अपनी राय क्या देंदे कमेंट है साहब ये थी सी या कहना आजकल वैसे ना मौसम है पई वैसे देखो सोना बहुत लगता है खूबसूरत बहुत लगता है दरवाजे होते ना चढ़ गए हाजी दा रास ता तक मैं इकबाल तू तो मैं बहुत ज्यादा तरक्की करनी है छोड़ दे हां बस ठीक है फुल पानी वाला पई क्या बात है व्यूअर असा को पानी ला गए ना भला मिलते हैं तकरीबन आधे घंटे बाद व्यूअर ऊँ तो बाद ना इकबाल चनोटी ने मैं थोड़ी जी बई चेंजिंग कराने पे बूटा लावण तो बाद पहले कराने बटन आन ये जड़ी शीट है ना ये उस्ताद जी होंगी भी सिर्फ सर्दियों वास्ते गर्मियों को मतलब कि बाहा को नहीं होंगे सादा कपड़ा होंगे कपड़ा है ना वो असा इतना चेंज कराने पे पहले कपड़ा चाहते हैं बाद चेंज करा सको अपने हवेली चो ये मेरा समान वाला रूम था कोई गल एल में पिया इशा वे शिव चाव तू ये होंगी वे सादी मिठाई का डब्बा नहीं शीट होनी मकसद पाओ ना अच्छा। शीटा देना लहा के नहीं व्यूअर मैं हूं ला पे स्टैंड स्टैंड देखो दसा है ये असा नवी शीट घेन के आया से तरह 9,000 रुपए दी ना बेड हूं कैसा लगता पई शीट और खूबसूरत लगता पई है कहना मतलब है कि उलारे वगैरह इन्हें ना लान पे यार मैं तो पता ही कहना सिराने दे उलारे भी चेंज कर छोड़े डिठे भी ये ला गई दनी ऑलरेडी सारे अगे लगे ऑलरेडी अगे शीट आई पई ये भी सर जान बात जो सर जान से ना वाला उमे ला के पवे सु बेड डुकता पई है कहना आउट क्लास खूबसूरत है मैं तो देख तू यूं जे घेना देने ते कोई नहीं मैं घेन के सा हाली ना मैं जो घेन गिना हूं मेरे को तो पता बोल
ਅਬਰ ਕੇ ਖੇਣਾ ਹੀ ਹੈ ਰੱਖਣ ਦੀ ਜਗ੍ਹਾ ਕਹਿ ਨਹੀਂ ਕਿ ਨਾ ਲਾਈ ਅਲਦਰਾ ਮੇਰੇ ਖਲੇ ਕਮਰਾ ਹੈ ਕਿ ਵਾਲਾ ਉਹ ਸਾਰਾ ਸਮਾਨ ਪੇ ਵਾਲਾ ਉਹਦੇ ਵਿੱਚ ਜਾ ਅੱਛਾ ਅੱਛਾ ਚਲੋ ਉਹ ਤੂੰ ਛੱਤ ਉੱਤੇ ਪੱਖਾ ਦੇ ਵਾਲਾ ਉਹ ਕਲਰ ਵਾਲਾ ਉਹ ਹੀ ਕੁਛ ਹੈ ਨਾ ਲੇਕਿਨ ਹਾਲੇ ਵੀ ਕਮਰੇ ਕਮਸੇ ਧਿਆਵਣ ਲੱਗਾ ਅਗਲੇ ਸੱਦਿਆ ਮੈਂ ਦਾਦਾ ਆਪਣੀ ਸ਼ਾਦੀ ਦੇ ਸੱਦਿਆ ਭਾਈ ਤੇ ਹਾਂ ਵੇ ਸ਼ਾਦੀ ਸੱਦਿਆ ਤੂੰ ਆਦਮੀ ਤਾਂ ਜਿਹੜਾ ਖਾਣਾ ਨਾ ਖਾਣਾ ਸ਼ਾਮ ਨੂੰ ਰੋਟੀ ਨਾ ਮਿਲੇ ਜਲੀ ਵਧਿਆ ਮੈਂ ਰੰਨਾ ਵਿਊਰ ਮੈਂ ਇੱਕ ਬਹੁ ਵੱਡਾ ਹਿਸਾਬ ਲਾਇਆ ਵੇ ਬੰਦਾ ਘਰ ਖੜਾ ਹੋਵੇ ਤੇ ਬੰਦਾ ਇੱਕ ਮਿੰਟ ਹੀ ਵੇਲਾ ਨਹੀਂ ਖੜ ਸਕਦਾ ਉਹਦਾ ਵਜੇ ਉਹਦਾ ਰੀਜ਼ਨ ਪੁੱਛੋ ਤੇ ਬਈ ਛੋੜੋ ਜਲੇ ਵੀ ਦਰਵਾਜ਼ੇ ਦੇ ਬਾਹਰੋਂ ਮੈਂ ਇਥੋਂ ਇੰਟਰ ਥੀਨਾ ਨਾ ਤੇ ਇਹਦੇ ਕੱਲੀ ਜਿਹੜੀ ਖੁਸ਼ਬੂ ਆਉਂਦੀ ਨਾ ਆਏ ਹਾਏ ਹਾਏ ਚਸ ਆਵੇਂਦੀ ਦਰਵਾਜ਼ੇ ਦੇ ਵਿੱਚ ਹੀ ਵੈਲਕਮ ਕਰਾਂਦਾ ਗੁਲਾਬ ਦਾ ਫੁੱਲ ਲੇਕਿਨ ਖੁਸ਼ਬੂ ਤਾਂ ਆਉਂਦੀ ਖੁਸ਼ਬੂ ਆਉਂਦੀ ਹੈ ਤੇ ਚਿਸ਼ਤੀ ਦੀ ਕੰਪੇ ਕਰਨਾ ਮੈਂ ਬਸ ਚੌਕ ਵਾਲੇ ਬਾਜ਼ਾਰ ਦਾ ਚੱਕਰ ਲਾਉਂ ਆਪਣੀ ਹੀ ਚੌਕ ਵਾਲੇ ਦਾ ਬੜਾ ਜੀ ਤੂੰ ਮੈਂ ਕੋਈ ਵੀ ਆਖੇ ਨਾ ਕਿਨੇ ਤੂੰ ਚੌਕ ਦਾ ਚੱਕਰ ਲਾ ਸ਼ੌਕ ਤੇ ਕੁੱਕੜ ਰੱਖੀ ਪਿਆ ਕੁੱਕੜ ਤੇ ਕੁੱਕੜ ਮੁਰਗਾ ਹੈ ਤੇ ਇਹ ਜੇ ਤੱਕ ਨਾ ਬਾਹਰੋਂ ਨਿਕਲ ਕੇ ਥੋੜਾ ਘੁੰਮ ਫਿਰ ਗਏ ਸਨ ਬਾਹਰੋਂ ਨਿਕਲੋ ਬਾਈ ਆਹ ਮਿੰਟ ਵੀ ਉਹ ਮੈਰੀ ਤੰਗ ਕਰੂੰ ਮੈਰੀ ਗੱਡੀ ਦੇ ਅੰਦਰ ਬੈਠੇ ਤੇ ਲਿਖਾਏ ਦਰਵਾਜ਼ਾ ਚੌਕ ਦੇ ਦੇਖ ਖੋਲ ਛੋੜੋ ਸਨ ਬਾਹਰੋਂ ਨਿਕਲੋ ਇਹ ਹਾਂ ਬਾਹਰੋਂ ਨਿਕਲੋ ਓਏ ਇਵੇਂ ਕੱਠੀ ਮੈਂ ਨਾ ਮਾਰਾ ਪੁੱਤਰ ਮਰੈ ਸੇ ਉਹ ਤੂੰ ਤਾਰਾ ਤੂੰ ਅੱਲਾ ਦੀ ਕਸਮ ਲਾ ਕੇ ਵੈਸ ਨਹੀਂ ਵਿੱਚੋਂ ਬਾਜ਼ਾਰੋਂ ਆ ਕੇ ਇਥੇ ਦਾਲ ਕੀਤੀ ਅੱਧਾ ਕਿਲੋ ਤੇ ਬਲਾ ਵਾਪਸੀ ਜੁਲਦਾ ਪਿਆ ਘਰ ਤੋਂ ਵਿਊਰ ਸਾਰਾ ਕੰਮ ਕਰਨ ਤੋਂ ਬਾਅਦ ਅੱਜ ਸ਼ਾਮ ਕੋ ਥੋੜੀ ਜਿਹਾ ਆਪਣੇ ਵਿਊਰਾਂ ਕੋ ਜਿਹੜੇ ਮਾਲੂਮਾਤ ਦੇਣੇ ਪਏ ਆਪਣੇ ਵਿਊਰਾਂ ਕੋ ਇੱਕ ਨਾ ਮਾਲੂਮਾਤ ਦੇਣਾ ਚਾਹਨੇ ਆ ਮਤਲਬ ਹੈ ਕਿ ਅਸਾਂ ਇੱਕ ਬੰਦਾ ਹੈ ਪਿਓ ਬਹੁਤ ਜ਼ਿਆਦਾ ਖਤਰਨਾਕ ਬੰਦਾ ਹੈ ਪਿਓ ਉਹ ਸਾਰੇ ਵਾਸਤੇ ਵੀ ਖਤਰਨਾਕ ਹੈ ਪਿਓ ਔਰ ਤੁਸਾਂ ਵਿਊਰਾਂ ਵਾਸਤੇ ਵੀ ਉਹ ਖਤਰਨਾਕ ਹੈ ਪਿਆ ਉਹ ਬੰਦਾ ਕਿਹੜਾ ਹੈ ਪਿਓ ਉਹ ਨਾ ਸਾਡਾ ਹਰ ਚੀਜ਼ ਨਾ ਤਸਵੀਰ ਟੋਟਲ ਮਤਲਬ ਹੈ ਕਿ ਉਹ ਸਾਡਾ ਇਵੇਂ ਸਮਝ ਕੇ ਯੂਜ਼ ਕਰਕੇ ਨਾ ਦੂਜੇ ਲਫ਼ਜ਼ਾਂ ਵਿੱਚ ਤੁਹਾਨੂੰ ਸਮਝਾਵਾਂ ਵੇਲਾ ਮੁੰਡਾ ਬਣਿਆ ਖੜੇ ਉਹਦੀ ਤਫਸੀਲਨ ਜਿਹੜਾ ਨਾ ਵੇਲਾ ਮੁੰਡਾ ਤੋਂ ਖੁਦ ਸਮਝਾਦੇ ਕੱਲ ਮੇਰੇ ਜਿਹੜਾ ਵਲੌਗ ਹੈ ਉਹ ਤੁਸੀਂ ਅਗਰ ਵਿਊਰਾਂ ਨੇ ਡਿੱਠਾ ਹੈ ਤੁਹਾਨੂੰ ਪਤਾ ਹੋ ਸੀ ਪਿਆ ਅਗਰ ਤੁਸੀਂ ਨਹੀਂ ਡਿੱਠਾ ਤਾਂ ਮੇਰੇ ਚੈਨਲ ਤੇ ਲੱਗੇ ਵਜਾਏ ਕੱਲ ਵਾਲਾ ਅਪਲੋਡਿੰਗ ਵਾਲਾ ਵਲੌਗ ਦੇਖੀ ਨਾ ਜਿਹੜਾ ਕੱਲ ਅਪਲੋਡ ਥੀ ਹੈ ਉਸ ਵਲੌਗ ਦੇ ਵਿੱਚ ਮੇਰਾ ਇੱਕ ਇਲਾਕੇ ਦਾ ਇੱਕ ਦੋਸਤ ਆਈ ਪਿਆ ਉਹ ਮੇਰੇ ਘਰ ਆਏ ਉਹਨੇ ਮੈਂ ਕੋ ਆ ਕੇ ਦੱਸਿਆ ਕਿ ਸ਼ਹਿਜ਼ਾਦ ਭਾਈ ਮੇਰੇ ਕੋ ਬੜਾ ਅਰਮਾਨ ਹੈ ਤੇਰੇ ਤੇ ਮੈਂ ਕਿ ਕਿਵੇਂ ਉਹ ਆਖੇ ਯਾਰ ਹੁਣ ਤੁਸੀਂ ਆਪਣੇ ਮਿਲਣ ਦੇ ਪੈਸੇ ਗਿਣਸੇ ਮੈਂ ਬੜਾ ਹੈਰਾਨ ਥੀ ਗਿਆ ਔਰ ਚੌਂਕ ਗਿਆ ਵੀ ਅੱਲਾ ਮਾਫ਼ ਕਰੇ ਮੈਂ ਕਿਹਾ ਮੈਂ ਮਿਲਣ ਦੇ ਕਨੇ ਕਹਿੰਦੇ ਕੋਲੋਂ ਪੈਸੇ ਮੰਗਣ ਉਹ ਯਾਰ ਤੂੰ ਮੇਰੇ ਕੋਲੋਂ ਮੰਗਦਾ ਰਹਿ ਗਿਆ ਮੈਂ ਕਿਹਾ ਉਹ ਕਿਵੇਂ ਉਹ ਮੈਂ ਕੋਈ ਚੈਟ ਨਹੀਂ ਖਾਈਏ ਉਹ ਆਖੇ ਇੱਕ ਤੇਰਾ ਮੁਨਸ਼ੀ ਹੈ ਤੇਰਾ ਅਕਾਊਂਟੈਂਟ ਹੈ ਉਹ ਆਖੇ ਮੈਂ ਉਹ ਆਖੇ ਸ਼ਹਿਜ਼ਾਦ ਨਾਲ ਮੇਰੀ ਗੱਲ ਕਰਾਂ ਉਹ ਅੱਗੋਂ ਆਖੇ ਕਿ ਸ਼ਹਿਜ਼ਾਦ ਨਾਲ ਮੈਂ ਉਹਨੇ ਗੱਲ ਕਰਾਂ ਸਾਂ ਪਹਿਲੇ ਮੈਂ ਕੋਈ 7,000 ਰੁਪਇਆ ਸੈਂਡ ਕਰ ਤਾਂ ਮੈਂ ਆਖੇ ਬੜਾ ਹੈਰਾਨ ਥੀ ਗਿਆ ਮੈਂ ਸ਼ਹਿਜ਼ਾਦ ਹੁਣ ਮਿਲਣ ਦੇ ਅਲਵਾਉਣ ਦੇ ਗੱਲ ਕਰਨ ਦੇ ਪੈਸੇ ਗਿਣਸੀ ਉਹ ਮੈਂ ਕਿ ਯਾਰ ਅੱਲਾ ਮਾਫ਼ ਕਰ ਯਾਰ ਜੇ ਕਰ ਨਹੀਂ ਮੈਂ ਪੈਸੇ ਨਹੀਂ ਕੀਤੇ ਮੈਂ ਸਿਰਫ ਆਪਣੇ ਕੰਮ ਕਾਰੋਬਾਰ ਜੋ ਮੇਰਾ ਰਿਜ਼ਕ ਹਲਾਲ ਹੈ ਮੈਂ ਉਹ ਪੈਸੇ ਗਿਣਦਾ ਮੈਂ ਅੱਲਾ ਮਾਫ਼ ਕਰੇ ਐਸੇ ਮੈਂ ਕੋਈ ਚੈਟ ਨਹੀਂ ਖਾਈਏ ਉਹਨੇ ਮੈਂ ਕੋਈ ਵੋਇਸ ਮੈਸੇਜ ਸੁਣਿਆ ਤੁਸੀਂ ਮੇਰਾ ਵਲੌਗ ਦੇਖ ਸੋ ਤੁਹਾਨੂੰ ਪਤਾ ਲੱਗ ਗਿਆ ਸੀ ਉਹਦੇ ਚੋਂ ਦਾ ਵੋਇਸ ਮੈਸੇਜ ਵੀ ਸੁਣਿਆ ਉਹਦੇ ਚੈਟ ਵੀ ਨਹੀਂ ਖਾਈਏ ਬਲਕਿ ਉਹਦਾ ਨੰਬਰ ਵੀ ਨਹੀਂ ਖਾਏ ਠੀਕ ਹੈ ਉਹ ਬੰਦਾ ਨਾ ਮੇਰਾ ਅਕਾਊਂਟੈਂਟ ਫੇਕ ਅਕਾਊਂਟੈਂਟ ਬਣ ਕੇ ਠੀਕ ਹੈ ਲੋਕਾਂ ਕੋਲ ਕਹਿੰਦਾ ਤੁਹਾਡੀ ਗੱਲ ਕਰਵਾਇਆ ਸ਼ਹਿਜ਼ਾਦ ਨਾਲ ਜਾਂ ਸ਼ਹਿਜ਼ਾਦ ਨਾਲ ਤੁਹਾਡੀ ਮੁਲਾਕਾਤ ਕਰਵਾਇਆ ਮੈਂ ਕੋਈ ਇਤਨੇ ਪੈਸੇ ਦਿਓ ਇਹ ਸ਼ਹਿਜ਼ਾਦ ਬਈ ਦਾ ਹੁਕਮ ਹੈ ਉਹਨੇ ਆਖੀ ਤਾਂ ਮੈਂ ਬੜਾ ਦੇਖ ਕੇ ਬੜਾ ਚੌਂਕ ਗਿਆ ਤਾਂ ਮੈਂ ਖੈਰ ਉਹ ਕੋ ਐਕਸਪਲੇਨ ਕੀਤਾ ਉਹ ਦੱਸਿਆ ਭਾਈਜਨ ਮੇਰੇ ਕੋਲ ਮੈਂ ਕਿ ਜਿੰਨੇ ਮੇਰੇ ਟੀਮ ਮੈਂਬਰ ਹੈ ਨਾ ਉਹਨਾਂ ਦਾ ਇਹ ਕਹੀਂ ਉਹਨਾਂ ਚੋਂ ਕਹੀਂ ਦਾ ਮੋਬਾਈਲ ਨੰਬਰ ਨਹੀਂ ਇਹ ਕਹੀਂ ਫੇਕ ਬੰਦੇ ਦਾ ਹੈ ਪਿਆ ਜਿਹੜੇ ਮੇਰੇ ਟੀਮ ਮੈਂਬਰ ਉਹਨਾਂ ਮੈਂ ਸਾਰੇ ਨਾਲ ਕੋ ਮਿਲਵਾਏ ਮੈਂ ਕਿ ਦੇਖ ਇਹਨਾਂ ਟੀਮ ਮੈਂਬਰਾਂ ਚੋਂ ਕਹੀਂ ਨਾਲ ਤੇਰੀ ਗੱਲ ਥੀ ਜੋ ਕਹੀਂ ਤੇਰੇ ਕੋਲ ਪੈਸੇ ਮੰਗਣ ਤਾਂ ਮੈਂ ਜ਼ਿੰਮੇਵਾਰ ਆ ਠੀਕ ਹੈ ਅਗਰ ਕੋਈ ਤੀਜਾ ਬੰਦਾ ਮੇਰੇ ਨਾਲ ਤੋਂ ਪੈਸੇ ਮੰਗਦਾ ਰਹੇ ਤੇ ਯਾਰ ਮੈਂ ਉਹਦਾ ਜ਼ਿੰਮੇਵਾਰ ਕੋਈ ਨਹੀਂ ਖੈਰ ਉਹ ਗੱਲ ਕੋ ਸਮਝ ਗਿਆ ਤਾਂ ਮੈਂ ਕਿ ਯਾਰ ਇਹ ਮਾਮਲਾ ਹੁਣ ਸਿਰਫ ਇਹਦੇ ਨਾਲ ਤਾਂ ਨਹੀਂ ਥੀਆ ਕਿ ਇਹ ਕਾਫੀ ਲੋਕਾਂ ਨਾਲ ਵੀ ਬਿਨਾਂ ਨਾਲ ਵੀ ਥੀਂਦਾ ਪਿਆ ਔਰ ਕਰੇਦਾ ਪਿਆ ਕਾਫੀ ਲੋਕਾਂ ਕੋ ਆਦਾ ਹੈ ਕਿ ਮੈਂ ਕੋ ਤੁਸਾਂ ਪੈਸੇ ਦਿਓ ਮੈਂ ਸ਼ਹਿਜ਼ਾਦ ਨਾਲ ਤੁਹਾਡੀ ਗੱਲ ਕਰਾ ਦੇ ਸਾਂ ਸ਼ਹਿਜ਼ਾਦ ਭਾਈ ਨੇ ਮੈਂ ਖੁਦ ਆ ਕਿ ਸ਼ਹਿਜ਼ਾਦ ਬੇਨਾ ਤੁਹਾਡੀ ਮੁਲਾਕਾਤ ਕਰਵਾ ਸਾਂ ਸ਼ਹਿਜ਼ਾਦ ਮੁਲਾਕਾਤ ਦੇ ਪੈਸੇ ਗਿਣਸੀ ਗਿੰਦਾ ਤਾਂ ਖੈਰ ਇਹ ਚੀਜ਼ ਦਸਾਉਣ ਤੋਂ ਮਕਸਦ ਇਹ ਹੈ ਪਿਆ ਮੈਂ ਆਪਣੇ ਵੀਡੀਓ 'ਚ ਆਪਣੇ ਵਿਊਰ ਕੋ ਐਕਸਪਲੇਨ ਕਰ ਚੁੱਕਾ ਮੈਂ ਰਿਜ਼ਵਾਨ ਭਾਈ ਦੇ ਮੈਂ ਕਿ ਵਿਊਰ ਕੋ ਐਕਸਪਲੇਨ ਕਰਾਂ ਚਾ ਦਸਾਵਾਂ ਚਾ ਅਗਾਹੀ ਦੇਵਾਂ ਚਾ ਪਰ ਕੋਈ ਵੀ ਬੰਦਾ ਸਾਡੇ ਨਾਂ ਦੇ ਹਾਂ ਸਾਡੇ ਨਾਂ ਤੋਂ ਉਮੈਰ ਦੇ ਨਾਂ ਤੋਂ ਰਿਜ਼ਵਾਨ ਦੇ ਨਾਂ ਤੋਂ ਮੇਰੇ ਨਾਂ ਤੋਂ ਕੋਈ ਤੁਹਾਕੋ ਟਿਕਟੋਕ ਆਈਡੀ ਤੇ ਕੋਈ ਫੇਸਬੁੱਕ ਆਈਡੀ ਤੇ ਕੋਈ ਇੰਸਟਾਗ੍ਰਾਮ ਤੇ ਕਿਥੇ ਵੀ ਤੁਹਾਕੋ ਆਧਾ ਕਿ ਮੈਂ ਸ਼ਹਿਜ਼ਾਦ ਹਾਂ ਜਾਂ ਸ਼ਹਿਜ਼ਾਦ ਦਾ ਮੁਲਾਜ਼ਮ ਹਾਂ ਜਾਂ ਰਿਜ਼ਵਾਨ ਆ ਰਿਜ਼ਵਾਨ ਦਾ ਮੁਲਾਜ਼ਮ ਹਾਂ ਜਾਂ ਉਮੈਰ ਹਾਂ ਮਤਲਬ ਕਹੀਂ ਦੀ ਵੀ ਫੇਕ ਅਕਾਊਂਟ ਤੋਂ ਅਗਰ ਤੁਹਾਕੋ ਕੋਈ ਆਧ ਹੈ ਕਿ ਭਾਈ ਅਸਾਂ ਸ਼ਹਿਜ਼ਾਦ ਨਾਲ ਜਾਂ ਉਮੈਰ ਨਾਲ ਜਾਂ ਰਿਜ਼ਵਾਨ ਨਾਲ ਤੁਹਾਡੀ ਗੱਲ ਕਰਵਾ ਦੇ ਸੂ ਤੇ ਸਾਨੂੰ ਪੈਸੇ ਦਿਓ ਤਾਂ ਭਾਈ ਜਾਨ ਉਹਦਾ ਬਿਲਕੁਲ ਇਤਮਾਦ ਨਹੀਂ ਕਰਨਾ ਅਗਰ ਇਤਮਾਦ ਕਰਕੇ ਪੈਸੇ ਦੇ ਦੇ ਸੂ ਤਾਂ ਆਪਣੇ ਪੈਸਿਆਂ ਦੇ ਆਪ ਜ਼ਿੰਮੇਵਾਰ ਹੋ ਸੋ ਅਸਾਂ ਬਿਲਕੁਲ ਕੋਈ ਨਾ ਹੋ ਸੂ ਅਗਾਹੀ ਤੁਸਾਂ ਵੀਰਾਂ ਕੋ ਡੇਮਣੀ ਔਰ ਉਹ ਬੰਦਾ ਸਾਡੇ ਨਾਂ ਤੋਂ ਤੇ ਪਤਾ ਨਹੀਂ ਕਿਤਨੇ ਫੇਕ ਅਕਾਊਂਟ ਬਣਾਈ ਵਾਦਾ ਔਰ ਕਿਤਨੇ ਫੇਕ ਲੋਕਾਂ ਕਣੇ ਪੈਸੇ ਕਿਦੀ ਖੜੇ ਪੈਸੇ ਕਿਦੀ ਖੜੇ ਇਹ ਬੰਦਾ ਹੁਣ ਸਾਡੇ ਨਾਂ ਤੇ ਵੀ ਮਤਲਬ ਇੱਕ ਧੱਬਾ ਹੈ ਪਿਆ ਸਾਡੇ ਨਾਂ ਤੇ ਸਾਡੇ ਵਾਸਤੇ ਖਤਰਨਾਕ ਹੈ ਪਤਾ ਨਹੀਂ ਉਹਨਾਂ ਕੋਈ
टोटल इंशाल्लाह अगले व्लॉग दे विच मिले सा और तुसा उंदी तस्वीर भी देख सो और मजे दी गाल है मैं उंदा नंबर भी देवण वाला वीडियो दे विच इंशाल्लाह उंदा नंबर भी थाकू देसु के ए फेक नंबर है ए लोगन दे कोलो पैसे मंगदा इंदा फुल डेटा इंशाल्लाह तुसा व्यूअर तुसा वाल उंदी जेडी क्लास नाम ने तुसा व्यूअर आप समझदार ही वे पे अगली इंशाल्लाह वीडियो दे मिले सा ओ तक मैं डेटा उंदा सारा कटवा के बंदे दे दो नंबर साकण एन जेड़ा सारे दोस्ता कडे नंबर घिंदे दो नंबर इंशाल्लाह अगली वीडियो थाकू देसु और तुसा ओ नंबर ते खुद उंदे नाल गाल करे सो ठीक है उंदी फुल क्लास नाम ने के तू शहजाद दे नाते फेक अकाउंट क्यों बणाए पे मजीद मैं उंदा डेटा भी ਵੈਂਦਾ ਪਿਆ ਮੈਂ ਅਪਲਾਈ ਕੀਤਾ ਹੋਏ ਉਹਦਾ ਡਾਟਾ ਨਿਕਲਿਆ ਸੀ ਉਹਦਾ ਸ਼ਨਾਖਤੀ ਕਾਰਡ ਨੰਬਰ ਨਿਕਲਿਆ ਸੀ ਨਾਮ ਨਿਕਲਿਆ ਸੀ ਠੀਕ ਹੈ ਉਹਦੀ ਤਸਵੀਰਾਂ ਆ ਵੈਸੇ ਨੂੰ ਕਿਹੜੀ ਜਗ੍ਹਾ ਦਾ ਉਹਦੀ ਕੀ ਲੋਕੇਸ਼ਨ ਸਾਰਾ ਡਾਟਾ ਕਰਕੇ ਮੈਂ ਤੁਹਾਨੂੰ ਵਿਵਰਾਂ ਕੋ ਦੇਸਾਂ ਕਿ ਅਗਾ ਹੀ ਦੇਵਣ ਦਾ ਤੁਹਾਨੂੰ ਮਤਲਬ ਕਿ ਇਹ ਸਾਰਾ ਮੈਸੇਜ ਆਈ ਪਿਆ ਕਿ ਕਈ ਫੇਕ ਬੰਦੇ ਤੇ ਇਤਮਾਦ ਨਹੀਂ ਕਰਨਾ ਔਰ ਅਸਾਂ ਅੱਜ ਤੱਕ ਨਾ ਹੀ ਕਰੀ ਕਹਿ ਕਹਿ ਪੈਸੇ ਮੰਗੇ ਨੇ ਮੁਲਾਕਾਤ ਦੇ ਨਾ ਮਿਲਣ ਦੇ ਨਾ ਗਾਲ ਕਰਨ ਦੇ ਸਭ ਫੇਕ ਏ ਪਿਆ ਠੀਕ ਹੈ ਤੁਹਾਨੂੰ ਲੋਕ ਪਾਗਲ ਬਣਾ ਫੇਕ ਲੋਕ ਤਾਂ ਉਹਨਾਂ ਤੋਂ ਬਚ ਕੇ ਰਾਮਣੇ होशियार रहने और थैंक यू रहना पैसा आज के व्लॉग का एंड उम्मीद करें तो पाए सारा व्लॉग चंगा लगे चाहे तो व्लॉग चंगा लगे सारे चैनल करो सब्सक्राइब तो दोस्तों नाल करो शेयर तो टिकटॉक करो सो फॉलो तो वाइन चैनल सुनने तब तक के लिए अल्लाह हाफिज़।